ਦਾ ਟੈਂਕਰ ਲੋਕਾਂ ਨੇ ਬੇਸ਼ਰਮੀ ਦੀਆਂ ਹੱਦਾਂ ਕਰ ਦਿੱਤੀਆਂ ਪਾਰ ਹਾਈਵੇ ਤੇ ਜਾਂਦੇ ਹੋਏ ਅਚਾਨਕ ਤੇਲ ਨਾਲ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਹੈ ਤੇ ਸੜਕਾਂ ਤੇਲ ਨਾਲ ਭਰ ਜਾਂਦੀਆਂ ਨੇ ਤੇ ਕਿਸੇ ਵੀ ਸਮੇਂ ਅੱਗ ਲੱਗ ਸਕਦੀ ਹੈ ਪਰ ਲੋਕਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਟੈਂਕਰ ਵਾਲੇ ਦੀ ਮਦਦ ਕਰਨ ਦੀ ਥਾਂ ਜਾਂ ਉਸ ਜਗ੍ਹਾ ਨੂੰ ਸੁਰੱਖਿਅਤ ਕਰਨ ਦੀ ਲੋੜ ਨਾ ਸਮਝਦਿਆਂ ਆਪਣੀਆਂ ਕੈਨੀਆਂ ਬਾਲਟੀਆਂ ਲੈ ਕੇ ਸੜਕ ਤੇ ਆ ਜਾਂਦੇ ਨੇ ਤੇ ਲਾਪਾ ਲੱਪ ਕੈਨੀਆਂ ਨੂੰ ਭਰਨ ਲੱਗ ਜਾਂਦੇ ਨੇ। ਹੋਰ ਤਾਂ ਹੋਰ ਟੈਂਕਰ ਵਿੱਚੋਂ ਵੀ ਸ਼ਰੇਆਮ ਤੇਲ ਕੈਨੀਆਂ ਵਿੱਚ ਭਰਿਆ ਜਾ ਰਿਹਾ ਹੈ। ਇਹ ਘਟਨਾ ਰਾਜਸਥਾਨ ਦੀ ਦੱਸੀ ਜਾ ਰਹੀ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਵਿੱਚ ਲੋਕ ਤੇਲ ਇਕੱਠਾ ਕਰ ਰਹੇ ਨੇ ਜਦੋਂ ਕਿ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ। ਇਹੋ ਜਿਹੀ ਘਟਨਾ ਹੁੰਦਿਆਂ ਸਾਵਧਾਨ ਰਹਿਣਾ ਚਾਹੀਦਾ ਹੈ, ਪਰ ਇਹਨਾਂ ਲੋਕਾਂ ਨੂੰ ਕੌਣ ਸਮਝਾਵੇ ਜੋ ਜਾਨ ਜੋਖਮ ਵਿੱਚ ਪਾ ਕੇ ਤੇਲ ਇਕੱਠਾ ਕਰ ਰਹੇ ਨੇ। ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ, ਪਰ ਇਹ ਲੋਕ ਤੇਲ ਇਕੱਠਾ ਕਰਨ ਵਿੱਚ ਲੱਗੇ ਹੋਏ ਨੇ।